ਅੱਜ ਆਪਾਂ ਗੱਲ ਕਰਾਂਗੇ ਮਸਤਾਨੇ ਫਿਲਮ ਦੇ ਟ੍ਰੇਲਰ ਬਾਰੇ ਟ੍ਰੇਲਰ ਤੋਂ ਤੁਹਾਨੂੰ ਦੱਸਾਂਗੇ ਕਿ ਇਹ ਕਹਾਣੀ ਹੈ ਕੀ ਆ ਫਿਲਮ ਦੀ ਕੀ ਸੱਚਮੁੱਚ ਇਤਿਹਾਸ ਚੋਂ ਦਾ ਕੁਝ ਹੋਇਆ ਸੀ ਜਾਂ ਇਹ ਕੋਈ ਕਾਲਪਨਿਕ ਕਹਾਣੀ ਆ ਹੁਣ ਜਦੋਂ ਫਿਲਮ ਦਾ ਟ੍ਰੇਲਰ ਸਟਾਰਟ ਹੁੰਦਾ ਉਹਦੇ ਵਿੱਚ ਕਈ ਨਾਮਾਂ ਦਾ ਜ਼ਿਕਰ ਆਉਂਦਾ ਉਹ ਕੌਣ ਨੇ ਸਿੰਘਾਂ ਦਾ ਜ਼ਿਕਰ ਆਉਂਦਾ ਹੈ ਕੌਣ ਸੀਗੇ 18ਵੀਂ ਸਦੀ ਦੇ ਸਿੰਘ ਸੀਗੇ ਕਿਹੜੇ-ਕਿਹੜੇ ਸਿੰਘ ਸੀਗੇ ਨਾਦਰ ਸ਼ਾਹ ਦਾ ਜ਼ਿਕਰ ਆਉਂਦਾ ਕੌਣ ਸੀ ਨਾਦਰ ਸ਼ਾਹ ਨਾਦਰ ਸ਼ਾਹ ਦੇ ਨਾਲ ਤੁਸੀਂ ਟ੍ਰੇਲਰ 'ਚ ਦੇਖੋਗੇ ਇੱਕ ਬੰਦਾ ਤੁਹਾਨੂੰ ਬਹੁਤ ਦਿਖਾਈ ਦੇ ਰਿਹਾ ਇਹ ਕੌਣ ਹੈ ਇਹ ਬੜਾ ਮੇਨ ਬੰਦਾ ਸੀਗਾ ਜਿਹੜੇ ਤਰਸੀਮ ਜਸੜ ਗੁਰਪ੍ਰੀਤ ਖੁੱਗੀ ਹੋਣੀ ਕਰਮਜੀਤ ਅਨਮੋਲ ਹੋਣੀ ਹਣੀ ਮੱਟੂ ਤੇ ਬਨਿੰਦਰ ਬੰਨੀ ਇਹ ਪੰਜ ਕਰੈਕਟਰ ਦਿਖਾਏ ਹੋਏ ਨੇ ਇਹ ਕੌਣ ਨੇ ਕਹਾਣੀ ਇਹਨਾਂ ਦੇ ਆਲੇ-ਦੁਆਲੇ ਹੀ ਘੁੰਮਦੀ ਆ ਤੇ ਇਸ ਟ੍ਰੇਲਰ ਚ ਇੱਕ ਸ਼ਾਰਟ ਲਾਇਆ ਗਿਆ ਲਾਸਟ ਚ ਮੈਨੂੰ ਉਹ ਲੱਗਦਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਰਟ ਹੈ ਹੁਣ ਕੀ ਇਹ ਫਿਲਮ ਚ ਮਹਾਰਾਜਾ ਰਣਜੀਤ ਸਿੰਘ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਤੁਹਾਨੂੰ ਮੈਂ ਲਾਸਟ ਵਿੱਚ ਦੱਸੂਗਾ ਹੁਣ ਨਾਦਰ ਸ਼ਾਹ ਤੇ 18ਵੀਂ ਸਦੀ ਦੇ ਸਿੰਘਾਂ ਬਾਰੇ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ 18ਵੀਂ ਸਦੀ ਦੇ ਸਿੰਘਾਂ ਨੇ ਕਿਵੇਂ ਨਾਦਰ ਸ਼ਾਹ ਦੀਆਂ ਫੌਜਾਂ ਤੇ ਹਮਲਾ ਕਰਕੇ ਉਹਦੀਆਂ ਭਾਜੜਾਂ ਪੁਵਾਈਆਂ ਜੇ ਆਪਾਂ ਧਿਆਨ ਨਾ ਦੇਖਾਂਗੇ ਤਾਂ تر세ਮ ਜਸੜੋਨੀ ਗੁਰਪ੍ਰੀਤ ਘੁੱਗੀ ਹੋਣੀ ਤੇ ਇਹ ਪੂਰੇ ਜਿਹੜੇ ਪੰਜ ਕੈਰੈਕਟਰ ਦਿਖਾਏ ਗਏ ਨੇ ਲੁੱਕ ਦੇਖੋ ਇਹਨਾਂ ਦੀ ਤਾਂ ਇਹ ਸਿੰਘ ਨਹੀਂ ਲੱਗਦੇ ਇਹ ਸਿੱਖ ਨਹੀਂ ਲੱਗਦੇ ਫਿਰ ਇਹ ਕੌਣ ਨੇ ਇਤਿਹਾਸ 'ਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ ਕੌਣ ਨੇ ਇਹ ਅਸਲ 'ਚ ਇਹ ਮੀਰ ਆਲਮ ਸੀਗੇ ਜਿਨ੍ਹਾਂ ਨੂੰ ਆਪਾਂ ਮਰਾਸੀ ਕਹਿੰਦੇ ਆ ਪਰ ਮੈਂ ਮੀਰ ਆਲਮ ਸ਼ਬਦੀ ਯੂਜ਼ ਕਰੂੰਗਾ ਆਪਾਂ ਮਰਦਾਨੇ ਕੇ ਵੀ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਉਹ ਇਹਨਾਂ ਨੂੰ ਮਰਦਾਨੇ ਕੇ ਵੀ ਕਹਿ ਦਿੰਦੇ ਸੀ ਇਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ ਆਪਣੇ ਸਿੱਖ ਇਤਿਹਾਸ ਚ ਪੰਜਾਬ ਦੇ ਇਤਿਹਾਸ ਚ ਤੇ ਸੱਭਿਆਚਾਰ ਚ ਭਾਈ ਮਰਦਾਨਾ ਜੀ ਵੀ ਮੀਰ ਆਲਮ ਕਮਿਊਨਿਟੀ ਤੋਂ ਹੀ ਸੀਗੇ ਤੇ ਭਾਈ ਮਰਦਾਨਾ ਜੀ ਦੀ 18ਵੀਂ 19ਵੀਂ ਪੀੜ੍ਹੀ ਹੁਣ ਵੀ ਗੁਰੂ ਘਰਾਂ ਦੀ ਸੇਵਾ ਕਰਦੀ ਹੈ ਕੀਰਤਨ ਕਰਕੇ ਹੁਣ ਬੈਕ ਟੂ ਆਉਣੇ ਆਪਾਂ ਫਿਲਮ ਦੀ ਕਹਾਣੀ ਤੇ ਫਿਲਮ ਦੀ ਕਹਾਣੀ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਮੇਨ ਮੇਨ ਕਰੈਕਟਰ ਨੇ ਉਹਨਾਂ ਬਾਰੇ ਥੋੜਾ ਥੋੜਾ ਦੱਸਣ ਦੀ ਕੋਸ਼ਿਸ਼ ਕਰੂੰਗਾ ਇੱਥੇ ਜ਼ਿਕਰ ਆਇਆ ਹੈ ਨਾਦਰ ਸ਼ਾਹ ਦਾ ਜਿਹੜਾ ਇਸ ਫਿਲਮ ਚ ਇੱਕ ਨੈਗੇਟਿਵ ਕੈਰੈਕਟਰ ਦਿਖਾਇਆ ਗਿਆ ਤੇ ਅਸਲ ਜ਼ਿੰਦਗੀ ਚ ਵੀ ਉਹ ਨੈਗੇਟਿਵ ਹੀ ਸੀਗਾ ਹੁਣੇ ਨਾਦਰ ਸ਼ਾਹ ਹੈ ਕੌਣ ਸੀ ਵੈਸੇ ਨਾਦਰ ਸ਼ਾਹ ਤੇ ਅਸੀਂ ਇੱਕ ਅਲੱਗ ਵੀ ਪੂਰੀ ਵੀਡੀਓ ਬਣਾਈ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਪਾ ਦਾਂਗੇ ਪਰ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨਾ ਈਰਾਨ ਦਾ ਇਹ ਬਾਦਸ਼ਾਹ ਸੀਗਾ ਤੇ ਬਹੁਤ ਤਕੜਾ ਇਹ ਲੜਾਕਾ ਸੀ ਬਹੁਤ ਵੱਡੀ ਇਹਦੇ ਕੋਲ ਫੌਜ ਸੀਗੀ ਇਹਨੂੰ ਏਸ਼ੀਆ ਦਾ ਨੈਪੋਲੀਅਨ ਕਹਿੰਦੇ ਸੀਗੇ ਭਾਰਤ ਤੇ ਜਦੋਂ ਇਹ ਹਮਲਾ ਕਰਦਾ ਹੈ ਤਾਂ ਇਤਿਹਾਸ ਦੀ ਉਦੋਂ ਦੀ ਸਭ ਤੋਂ ਵੱਡੀ ਲੁੱਟ ਕਰਦਾ ਹੈ 90 ਕਰੋੜ ਰੁਪਏ ਲੁੱਟ ਕੇ ਲੈ ਕੇ ਜਾਂਦਾ ਹੈ ਸਾਰੇ ਇਹਦੇ ਸਾਹਮਣੇ ਗੋਡੇ ਟੇਕ ਦਿੰਦੇ ਨੇ ਕੋਈ ਇਹਦੇ ਸਾਹਮਣੇ ਬੋਲਦਾ ਨਹੀਂ ਹੈ ਜਦੋਂ ਇਹ ਦਿੱਲੀ ਤੋਂ ਲੁੱਟ ਕੇ ਖਜ਼ਾਨਾ ਵਾਪਸ ਜਾ ਰਿਹਾ ਸੀ ਹਰਾਨ ਨੂੰ ਤਾਂ ਜੰਗਲਾਂ 'ਚ ਬੈਠੇ ਸਿੱਖਾਂ ਨੇ ਇਹਦੇ ਤੇ ਇਹੋ ਜਿਹੇ ਹਮਲੇ ਕੀਤੇ ਸੀ ਕਿ ਇਹ ਨੂੰ ਭਾਜੜਾਂ ਪਵਾ ਦਿੱਤੀਆਂ ਸੀਗੀਆਂ ਤਾਂ ਇਹ ਸੀ ਨਾਦਰ ਸ਼ਾਹ ਦਾ ਇਤਿਹਾਸ ਇਸ ਤੋਂ ਬਾਅਦ ਪੂਰੇ ਟ੍ਰੇਲਰ 'ਚ ਇੱਕ ਹੋਰ ਬੰਦਾ ਹੈ ਅਵਤਾਰ ਗਿੱਲ ਉਹ ਬੰਦੇ ਦਾ ਕਰੈਕਟਰ ਕਰ ਰਹੇ ਨੇ ਉਹ ਕੌਣ ਹੈ ਉਹ ਹੈਗਾ ਜ਼ਕਰੀਆ ਖਾਨ ਇਹ ਜ਼ਕਰੀਆ ਖਾਨ ਦਾ ਵੀ ਸਿੱਖ ਇਤਿਹਾਸ ਚ ਬਹੁਤ ਵਾਰ ਨਾਮ ਆਇਆ ਹੈ ਬਹੁਤ ਵੱਡਾ ਜ਼ਾਲਮ ਸੀਗਾ ਜੇ ਆਪਾਂ ਗੱਲ ਕਰੀਏ ਨਾ ਸਿੱਖ ਇਤਿਹਾਸ ਚ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਕਿਹੜੇ ਰਹੇ ਨੇ ਤਾਂ ਇਹ ਜ਼ਕਰੀਆ ਖਾਨ ਦਾ ਨਾਮ ਟੌਪ ਤੇ ਆਏਗਾ ਸਿੱਖਾਂ ਨੂੰ ਐਡੀ ਕਿ ਨਫ਼ਰਤ ਕਰਦਾ ਸੀਗਾ ਇਹ ਹੁਣ ਗੱਲ ਕਰਦੇ ਆ ਕਿ ਇਹਦੇ ਜ਼ੁਲਮਾਂ ਦੀ ਸ਼ੁਰੂਆਤ ਕਿੱਥੋਂ ਹੋਈ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਦਿੱਲੀ ਦਾ ਜਿਹੜਾ ਬਾਦਸ਼ਾਹ ਸੀਗਾ ਉਹ ਸੀਗਾ ਫਰਖਸ਼ੀਰ ਰੰਗ ਜੇਬ ਦੇ ਮੁੰਡੇ ਬਹਾਦਰ ਸ਼ਾਹ ਦਾ ਭਤੀਜਾ ਫਰਖਸ਼ੀਰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਾਨ ਦੇ ਪਿੱਛੇ ਪਿਆ ਸੀ ਉਹਨਾਂ ਨੂੰ ਫੜਨੀ ਸੀ ਪਾਰਿਆ ਗੁਰਦਾਸ ਨੰਗਲ ਦੀ ਗੜੀ ਚ 7 ਮਹੀਨਾ ਦਾ ਘੇਰਾ ਪਾਉਣ ਤੋਂ ਬਾਅਦ ਨਿਹੱਥੇ ਭੁੱਖੇ ਪਿਆਸੇ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੂੰ ਫੜ ਲਿਆ ਗਿਆ ਹਜ਼ਾਰਾਂ ਦੀ ਫੌਜ ਨੇ ਕੁਝ ਚੰਦਗ ਸਿੱਖਾਂ ਨੂੰ ਤਾਂ ਉੱਥੋਂ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਿੱਖਾਂ ਨੂੰ ਲਜਾਇਆ ਗਿਆ ਦਿੱਲੀ ਜਲੂਸ ਕੱਢ ਕੇ ਉਹ ਜਲੂਸ ਦੀ ਅਗਵਾਈ ਕਰ ਰਿਹਾ ਸੀਗਾ ਜ਼ਕਰੀਆ ਖਾਨ ਇਹਦਾ ਪਿਓ ਲਾਹੌਰ ਦਾ ਸੂਬੇਦਾਰ ਸੀਗਾ ਬਾਅਦੋਂ ਇਹਨੂੰ ਲਾਹੌਰ ਦਾ ਸੂਬੇਦਾਰ ਲਾਇਆ ਗਿਆ ਸੀਗਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਲਜਾਇਆ ਜਾ ਰਿਹਾ ਸੀ ਦਿੱਲੀ ਤਾਂ ਇਹ ਆਪਸ ਵਿੱਚ ਗੱਲ ਕਰਦੇ ਨੇ ਕਿ ਯਾਰ ਅਸੀਂ ਲੈ ਕੇ ਤਾਂ ਚੱਲੇ ਆਂ ਬਾਦਸ਼ਾਹ ਕੋਲੇ ਸਿੱਖਾਂ ਨੂੰ ਭੁੱਖੇ ਪਿਆਸੇ ਇਹ ਸਿੱਖ ਨੇ ਕਿ ਸਾਡੇ ਤਾਂ ਗਾਲਾਂ ਪੈਣਗੀਆਂ ਸਾਨੂੰ ਇਨਾਮ ਥੋੜੀ ਨਾ ਮਿਲਨੇ ਆ ਇਨਾਮਾਂ ਦੇ ਭੁੱਖੇ ਹੁੰਦੇ ਸੀ ਇਹ ਕਿ ਸਾਨੂੰ ਇਨਾਮ ਥੋੜੀ ਨਾ ਮਿਲਨੇ ਆ ਬਾਦਸ਼ਾਹ ਤਾਂ ਉਹ ਕਹਿੰਨੇ ਵੀ ਤੁਸੀਂ ਆ ਚੰਦਕ ਸਿੱਖ ਯਾਰ ਤੁਸੀਂ ਹਜ਼ਾਰਾਂ ਦੀ ਫੌਜ ਨਾਲ 7 ਮਹੀਨਿਆਂ ਬਾਅਦ ਫੜਿਆ ਇਹਨਾਂ ਨੂੰ ਤਾਂ ਇਹ ਪਾਪੀ ਨੇ ਫਿਰ ਕੀ ਕੀਤਾ ਸੀਗਾ ਕਿ ਸਿੱਖਾਂ ਦੇ ਕਤਲੇਆਮ ਦਾ ਫਰਮਾਨ ਜਾਰੀ ਕਰਤਾ ਕਿ ਗਿਣਤੀ ਵਧਾਓ ਲਾਸ਼ਾਂ ਵਧਾਓ ਸਿੱਖਾਂ ਦੀਆਂ ਤੇ ਘਰਾں ਚੋਂ ਚੱਕ-ਚੱਕ ਕੇ ਸਿੱਖ ਮਾਰੇ ਗਏ ਉਸ ਟਾਈਮ ਤੇ ਤੁਸੀਂ ਸੋਚ ਸਕਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਕਾਫਲੇ ਦੇ ਨਾਲ 700 ਗੱਡੇ ਭਰ ਕੇ ਸਿੱਖਾਂ ਦੇ ਸਿਰਾਂ ਦੇ ਇਹਨਾਂ ਨੇ ਜਲੂਸ ਚ ਸ਼ਾਮਿਲ ਕੀਤੇ ਇਹ ਬਾਦਸ਼ਾਹ ਨੂੰ ਅਸੀਂ ਦਿਖਾ ਸਕੀਏ ਕਿ ਅਸੀਂ ਇਹਨੇ ਸਿੱਖ ਹਮਾਰੇ ਨੇ ਇਹਦੇ ਰਾਸ ਚ ਹੀ ਹਰਮੰਦਰ ਸਾਹਿਬ ਮੱਸਾ ਰੰਗੜ ਇਹਨੇ ਭੇਜਿਆ ਸੀ ਇਹਦੇ ਹੀ ਰਾਸ ਚ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਜੀ ਦੀਆਂ ਸ਼ਹਾਦਤਾਂ ਹੋਈਆਂ ਸੀ ਇਹਦੇ ਰਾਸ ਚ ਘਟੋ ਘਟ ਤੀ ਤੋਂ 40 ਹਜ਼ਾਰ ਸਿੱਖਾਂ ਨੂੰ ਇਹਨੇ ਸ਼ਹੀਦ ਕਰਵਾਇਆ ਸੀਗਾ ਤਾਂ ਇਹ ਸੀ ਜ਼ਕਰੀਆ ਖਾਨ ਸਿੰਘਾਂ ਦੀ ਗੱਲ ਹੁਣ ਆਪਾਂ ਕਰਦੇ ਆਂ ਸਿੰਘ ਉਦੋਂ ਕਿਹੜੇ ਸੀਗੇ ਸਿੰਘ ਉਦੋਂ ਜ਼ੁਲਮ ਜਦੋਂ ਇੰਨਾ ਵਧਿਆ ਹੋਇਆ ਸੀਗਾ ਤਾਂ ਸਿੰਘ ਉਦੋਂ ਆਪਣੇ ਘਰ-ਬਾਰ ਛੱਡ ਕੇ ਜੰਗਲਾਂ 'ਚ ਰਹਿ ਰਹੇ ਸੀਗੇ ਸਿੱਖ ਕੌਮ ਦੀ ਅਗਵਾਈ ਉਦੋਂ ਕਰ ਰਹੇ ਸੀਗੇ ਨਵਾਬ ਕਪੂਰ ਸਿੰਘ ਨਵਾਬ ਕਪੂਰ ਸਿੰਘ ਉਦੋਂ ਜਥੇਦਾਰ ਸੀਗੇ ਤੇ ਸਿੱਖਾਂ ਦੀ ਹਾਲਤ ਸਿੰਘਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀਗੀ ਪੈਨਾਂ ਨੂੰ ਉਹਨਾਂ ਕੋਲ ਪ੍ਰੋਪਰ ਕੱਪੜੇ ਨਹੀਂ ਸੀ ਹੁੰਦੇ ਨਾ ਹੀ ਕੋਈ ਚੰਗੇ ਹਥਿਆਰ ਸੀਗੇ ਤੇ ਨਾ ਹੀ ਕੋਈ ਚੰਗੇ ਘੋੜੇ ਸੀ ਨਾ ਹੀ ਖਾਣ ਪੀਣ ਨੂੰ ਕਦੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਮਿਲ ਜਾਂਦਾ ਸੀ ਤੇ ਕਦੇ ਨਹੀਂ ਮਿਲ ਜਾਂਦਾ ਸੀ ਤਾਂ ਪਰ ਸਿੱਖਾਂ ਨੇ ਨਾ ਹੀ ਲੜਨਾ ਛੱਡਿਆ ਸਿੱਖਾਂ ਨੂੰ ਇਹ ਮਾਰਦੇ ਰਹੇ ਪਰ ਸਿੱਖਾਂ ਨੂੰ ਇਹ ਖਤਮ ਨਹੀਂ ਕਰ ਸਕੇ ਉਹਨੇ ਫਿਲਮ ਜਿਨ੍ਹਾਂ ਦੇ ਆਧਾਰ 'ਤੇ ਮੈਨੂੰ ਲੱਗ ਰਿਹਾ ਕਿਉਂਕਿ ਤਰਸੇਮ ਜੱਸੜੂਨੀ ਮੇਨ ਕੈਰੈਕਟਰ ਲੈਨੇ ਉਹ ਸਿੰਘ ਨਹੀਂ ਹੈਗੇ ਉਹਨਾਂ ਦਾ ਨਵਾਬ ਕਪੂਰ ਸਿੰਘ ਉਹਨਾਂ ਦਾ ਰੋਲ ਪਲੇ ਕਰ ਰਹੇ ਨੇ ਨਾ ਹੀ ਉਹ ਜੱਸਾ ਸਿੰਘ ਆਲੂ ਵਾਲੀਆ ਤੇ ਬਾਕੀ ਸਿੰਘਾਂ ਦਾ ਰੋਲ ਪਲੇ ਕਰ ਰਹੇ ਨੇ ਉਹ ਰੋਲ ਪਲੇ ਕਰ ਰਹੇ ਨੇ ਜਿਵੇਂ ਟ੍ਰੇਲਰ ਤੋਂ ਦਿਖ ਰਿਹਾ ਏ ਉਹ ਮੀਰ ਆਲਮਾ ਦਾ ਇਹ ਮੀਰ ਆਲਮਾ ਦਾ ਵੀ ਇਤਿਹਾਸ 'ਚ ਜ਼ਿਕਰ ਹੈ ਹੁਣ ਕਿਉਂ ਹੈ ਜਦੋਂ ਮੈਂ ਦੱਸਿਆ ਸੀ ਕਿ ਨਾਦਰ ਸ਼ਾ ਦਿੱਲੀ ਤੋਂ ਖਜ਼ਾਨਾ ਲੁੱਟ ਕੇ ਆ ਰਿਹਾ ਸੀ ਤਾਂ ਸਿੱਖਾਂ ਨੇ ਹਮਲੇ ਕੀਤੇ ਸਿੱਖਾਂ ਨੇ ਤਿੰਨ ਹਮਲੇ ਕੀਤੇ ਸੀ ਤਿੰਨ ਦਿਨਾਂ 'ਚ ਹਮਲੇ ਕੀਤੇ ਸੀ ਪਹਿਲਾ ਹਮਲਾ ਜਦੋਂ ਸਿੱਖਾਂ ਨੇ ਕੀਤਾ ਉਹ ਰਾਤ ਸੀ ਉਹ ਰਾਤ ਨੂੰ ਮੀਂਹ ਪੈ ਰਿਹਾ ਸੀ ਬੜੀ ਡਰਾਵੀ ਰਾਤ ਸੀਗੀ ਨਾਦਰ ਸ਼ਾਹ ਦੇ ਜਿਹੜੇ ਫੌਜੀ ਸੀਗੇ ਉਹਨਾਂ ਦਾ ਕੈਂਪ ਲੱਗਿਆ ਹੋਇਆ ਸੀ ਪੰਜਾਬ ਦੇ ਅਖਨੂਰ ਇਲਾਕੇ 'ਚ ਸਿੱਖਾਂ ਨੇ ਫਿਰ ਉਹ ਰਾਤ ਨੂੰ ਹਮਲਾ ਕੀਤਾ ਰਾਤ ਨੂੰ ਹਮਲਾ ਕਰਕੇ ਉੱਥੋਂ ਬੀਬੀਆਂ ਨੂੰ ਛੁਡਾਇਆ ਗਿਆ ਜਿਹੜੀਆਂ Hindu ਬੀਬੀਆਂ ਨੂੰ ਇਹ ਕੈਦ ਕਰਕੇ ਲੈ ਕੇ ਆਏ ਸੀ ਤੇ ਨਾਦਰ ਸ਼ਾਹ ਦਾ maal ਲੁੱਟਿਆ ਗਿਆ ਇੰਨੇ ਜ਼ਿਆਦਾ ਤੇਜ਼ ਸੀਗੇ ਕਿ ਮਿੰਟਾਂ ਸਕਿੰਟਾਂ 'ਚ ਹੀ ਆਪਦਾ ਕੰਮ ਕਰਕੇ ਉੱਥੋਂ ਫਰਾਰ ਹੋ ਗਏ ਪਤਾ ਹੀ ਨਹੀਂ ਚੱਲਿਆ ਕਿ ਕਿਸ ਨੇ ਹਮਲਾ ਕੀਤਾ ਹੈ ਅਗਲੇ ਦਿਨ ਜਦੋਂ ਨਾਦਰ ਸ਼ਾਹ ਕੋਲ ਇਹ ਗੱਲ ਗਈ ਤਾਂ ਉਹ ਕਹਿੰਦਾ ਮੈਨੂੰ ਦੱਸੋ ਕੌਣ ਨੇ ਇਹ ਇਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਕਿਉਂਕਿ ਜ਼ਕਰੀਆ ਖਾਨ ਨੇ ਪਹਿਲਾਂ ਹੀ ਈਨ ਮੰਨ ਲਈ ਸੀ ਨਾਦਰ ਸ਼ਾਹ ਦੀ ਉਹਨੇ ਗੁਲਾਮੀ ਕਬੂਲ ਕਰ ਲਈ ਸੀ ਤਾਂ ਉਹ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਉਹ ਕਹਿੰਦਾ ਤੂੰ ਕੀਤਾ ਹੈ ਹਮਲਾ ਉਹ ਕਹਿੰਦਾ ਜੀ ਮੈਂ ਨਹੀਂ ਕੀਤਾ ਹਮਲਾ ਮੇਰੀ ਏਡੀ ਔਕਾਤ ਕਿੱਥੇ ਆ ਮੇਰੀ ਏਡੀ ਹਿੰਮਤ ਕਿੱਥੇ ਆ ਵੀ ਮੈਂ ਤੁਹਾਡੀ ਫੌਜ ਤੇ ਹਮਲਾ ਕਰਾਂ ਉਹ ਕਹਿੰਦਾ ਫਿਰ ਲੱਭ ਕੇ ਲਿਆ ਮੈਨੂੰ ਦੱਸ ਇਹ ਕੌਣ ਨੇ ਹੁਣ ਜ਼ਕਰੀਆ ਖਾਨ ਨੂੰ ਕੀ ਪਤਾ ਸੀ ਇਹ ਕੌਣ ਨੇ ਕਿਉਂਕਿ ਕੋਈ ਨਾਮੋ ਨਿਸ਼ਾਨ ਕੋਈ ਸਬੂਤ ਸਿੱਖਾਂ ਨੇ ਛੱਡਿਆ ਹੀ ਨਹੀਂ ਉੱਥੇ ਫਿਰ ਇੱਕ ਦਿਨ ਦਾ ਗੈਪ ਪਾ ਕੇ ਫਿਰ ਸਿੱਖਾਂ ਨੇ ਹਮਲਾ ਕੀਤਾ ਫਿਰ ਤੀਜਾ ਹਮਲਾ ਕੀਤਾ ਉਹ ਜਿਹੜਾ ਦੂਜਾ ਤੇ ਤੀਜਾ ਹਮਲਾ ਸੀਗਾ ਉਹਦੇ ਚ ਇੱਕ ਦੋ ਸਿੱਖਾਂ ਦੀ ਸ਼ਹੀਦੀ ਹੋ ਗਈ ਹਾਲਾਂਕਿ ਸਿੱਖ ਬਹੁਤ ਘੱਟ ਗਿਣਤੀ ਸੀ ਤੇ ਨਾਦਰ ਸ਼ਾਹ ਦੀ ਤਾਂ ਪਤਾ ਹੀ ਨਹੀਂ ਕਿੱਡੀ ਵੱਡੀ ਫੌਜ ਸੀਗੀ ਦੂਜੇ ਤੇ ਤੀਜੇ ਹਮਲੇ ਦੇ ਦੌਰਾਨ ਕਈ ਸਿੱਖ ਸ਼ਹੀਦ ਹੋ ਜਾਂਦੇ ਨੇ ਤੇ ਫਿਰ ਸ਼ਨਾਖਤ ਕਰਨ ਲਈ ਨਾਦਰ ਸ਼ਾਹ ਫਿਰ ਜ਼ਕਰੀਆ ਖਾਨ ਉਹਨਾਂ ਨੂੰ ਬੁਲਾਉਂਦਾ ਹੈ ਕਿਉਂਕਿ ਜ਼ਗਰੀਆ ਖਾਨ ਲੋਕਲ ਸੀ ਉਹ ਨਾਦਰ ਸ਼ਾਹ ਸੀਗਾ ইরਾਨੀ ਉਹਨੂੰ ਕੀ ਪਤਾ ਕਿ ਕੌਣ ਨੇ ਜ਼ਕਰੀਆ ਖਾਨ ਨੂੰ ਬੁਲਾਇਆ ਜਾਂਦਾ ਜ਼ਕਰੀਆ ਖਾਨ ਫਿਰ ਉਹਨਾਂ ਦੀ ਦਿੱਖ ਤੋਂ ਪਛਾਣ ਲੈਂਦਾ ਹੈ ਉਹ ਸ਼ਹੀਦ ਸਿੱਖਾਂ ਦੇ ਲੰਮੇ ਕੇਸ਼ ਤੇ ਉਹਨਾਂ ਦੇ ਲੰਮੇ ਪ੍ਰਕਾਸ਼ ਕੀਤੇ ਦਾੜੇ ਉਹ ਕਹਿ ਦਿੰਦਾ ਕਿ ਇਹ ਸਿੱਖੜੇ ਨੇ ਉਹ ਕਹਿੰਦਾ ਇਹ ਕੌਣ ਨੇ ਉਹ ਕਹਿੰਦਾ ਇਹ ਬਾਗੀ ਲੋਕ ਨੇ ਕਹਿੰਦਾ ਇਹ ਰਹਿੰਦੇ ਕਿੱਥੇ ਨੇ ਇਹਨਾਂ ਦੇ ਘਰ ਫੂਕ ਕਹਿੰਦਾ ਜਿਨ੍ਹਾਂ ਨੇ ਨਾਦਰ ਸ਼ਾਹ ਦੇ ਮਾਲ ਤੇ ਅੱਖ ਪਾਉਣ ਦੀ ਜ਼ੁਰਤ ਕੀਤੀ ਹੈ ਇਹਨਾਂ ਦੇ ਘਰ ਫੂਕ ਦੇ ਇਹ ਤੁਸੀਂ ਟ੍ਰੇਲਰ ਚ ਵੀ ਦੇਖਿਆ ਹੋਣਾ ਨਾਦਰ ਸ਼ਾਹ ਦਾ ਇੱਕ ਡਾਇਲੋਗ ਆਉਂਦਾ ਹੈ ਕਿ ਤਖਤ ਨੂੰ ਤੇ ਮੇਰੇ ਮਾਲ ਨੂੰ ਤੇ ਮੇਰੀਆਂ ਗਵਾਹ ਕੀਤੀਆਂ ਔਰਤਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਜਦੋਂ ਨਾਦਰ ਸ਼ਾਹ ਕਹਿੰਦਾ ਹੈ ਕਿ ਇਹਨਾਂ ਦੇ ਘਰ ਫੂਕ ਤਾਂ ਜ਼ਕਰੀਆ ਖਾਨ ਫਿਰ ਉੱਥੇ ਬੇਬਸ ਹੋ ਜਾਂਦਾ ਕਹਿੰਦਾ ਇਹਨਾਂ ਦਾ ਤਾਂ ਕੋਈ ਘਰ ਹੀ ਨਹੀਂ ਹੈਗਾ ਇਹ ਤਾਂ ਜੰਗਲਾਂ 'ਚ ਰਹਿੰਦੇ ਨੇ ਉਹ ਕਹਿੰਦਾ ਜੰਗਲਾਂ 'ਚ ਰਹਿੰਦੇ ਨੇ ਯਾਰ ਵੀ ਜੰਗਲਾਂ 'ਚ ਰਹਿਣ ਵਾਲੇ ਲੋਕ ਹੀ ਮੈਨੂੰ ਲੁੱਟ ਗਏ ਵੀ ਵੱਡੇ ਵੱਡੇ ਮਹਿਲਾਂ ਵਾਲੇ ਵੱਡੇ ਵੱਡੇ ਤਖਤਾਂ ਵਾਲੇ ਮੇਰੇ ਸਾਹਮਣੇ ਗੋਡੇ ਟੇਕ ਗਏ ਇਹ ਜੰਗਲਾਂ 'ਚ ਰਹਿਣ ਵਾਲੇ ਮੈਨੂੰ ਕਿਵੇਂ ਲੁੱਟ ਗਏ ਫਿਰ ਉਹਨੂੰ ਅੰਦਰੋਂ ਕ੍ਰਾਸਤੀ ਹੁੰਦੀ ਆ ਵੀ ਯਾਰ ਹੈ ਕੌਣ ਨੇ ਇਹ ਫਿਰ ਪੁੱਛਦਾ ਕਿ ਇਹ ਜੰਗਲਾਂ 'ਚ ਕਿਵੇਂ ਰਹਿੰਦੇ ਨੇ ਸੌਂਦੇ ਕਿੱਥੇ ਨੇ ਇਹ ਜ਼ਕਰੀਆ ਖਾਨ ਕਹਿੰਦਾ ਇਹ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ ਇਹ ਹਜੇ ਲੋਕ ਨੇ ਉਹ ਕਹਿੰਦਾ ਖਾਂਦੇ ਪੀਂਦੇ ਕੀ ਨੇ ਜੰਗਲਾਂ 'ਚ ਉਹ ਕਹਿੰਦਾ ਮੁਠੀ ਭਰ ਕਹਿੰਦਾ ਚਨੇ ਖਾ ਲੈਂਦੇ ਨੇ ਉਹਦੇ ਨਾਲ ਹੀ ਇਹ ਗੁਜ਼ਾਰਾ ਕਰ ਲੈਂਦੇ ਨੇ ਇੱਥੋਂ ਫਿਰ ਨਾਦਰ ਸ਼ਾਹ ਨੂੰ ਸੱਟ ਲੱਗਦੀ ਆ ਉਹ ਕਹਿੰਦਾ ਜੇ ਆਪਣੀ ਜਾਨ ਬਚਾਉਣੀ ਆ ਤਾਂ ਇਹਨਾਂ ਨੂੰ ਫੜਕੇ ਲਿਆ ਫੇਰ ਤੈਨੂੰ ਛੱਡੂਗਾ ਜੇ ਇਹ ਸਿੱਖਾਂ ਨੂੰ ਫੜ ਕੇ ਲਿਆਏਗਾ ਇਹ ਜੰਗਲਾਂ 'ਚ ਬੈਠੇ ਜਿਹੜੇ ਮੈਨੂੰ ਲੁੱਟੀ ਜਾਂਦੇ ਨੇ ਤੂੰ ਫੜ ਕੇ ਲਿਆ ਇਹਨਾਂ ਨੂੰ ਤੇਰਾ ਇਲਾਕਾ ਇਹ ਤੇਰੀ ਜ਼ਿੰਮੇਵਾਰੀ ਆ ਹੁਣ ਸਿੱਖਾਂ ਨੂੰ ਫੜਨ ਦੀ ਐਡੀ ਔਕਾਤ ਹੈ ਨਹੀਂ ਸੀ ਜ਼ਕਰੀਆ ਖਾਨ ਦੀ ਨਾਦਰ ਸ਼ਾਹ ਦਾ ਅੱਜ ਆਇਆ ਸੀ ਜ਼ਕਰੀਆ ਖਾਨ ਤੱਕ ਕਿੰਨੇ ਹੀ ਟਾਈਮ ਦਾ ਲੱਗਿਆ ਹੋਇਆ ਸੀ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੇ ਚੱਕਰਾਂ 'ਚ ਇਹ ਸਿੱਖਾਂ ਨੂੰ ਮਾਰੀ ਜਾਂਦੇ ਸੀ ਪਰ ਸਿੱਖਾਂ ਨੂੰ ਇਹ ਨਾ ਤਾਂ ਖਤਮ ਕਰ ਸਕੇ ਨਾ ਹੀ ਸਿੱਖਾਂ ਦਾ ਹੌਸਲਾ ਤੋੜ ਸਕੇ ਕੋਸ਼ਿਸ਼ਾਂ ਕਰਦਾ ਇਹ ਨੇ ਆਪ ਦੀ ਜਾਨ ਬਚਾਉਣੀ ਹੁੰਦੀ ਆ ਸਿੰਘਾਂ ਨੂੰ ਫੜਨਾ ਤਾਂ ਦੂਰ ਸਿੰਘਾਂ ਦੇ ਇੱਕ ਪਚੰਗੀ ਨੂੰ ਵੀ ਨਹੀਂ ਫੜ ਪਾਉਂਦਾ ਇਹ ਇੱਕ ਬੱਚੇ ਨੂੰ ਵੀ ਨਹੀਂ ਫੜ ਪਾਉਂਦਾ ਸਿੰਘਾਂ ਨੇ ਫੇਰ ਐਂਟਰੀ ਹੁੰਦੀ ਆ ਕਹਾਣੀ 'ਚ ਮੀਰ ਆਲਮਾਂ ਦੀ ਜਿਨ੍ਹਾਂ ਦਾ ਕੈਰੇਕਟਰ ਪਲੇ ਕਰ ਰਹੇ ਨੇ ਤਰਸੇਮ ਜਸੜੋਣੀ ਗੁਰਪ੍ਰੀਤ ਕੋਗੀ ਹੋਣੀ ਤੇ ਕਰਮਜੀਤ ਅਨਮੋਲ ਹਣੀ ਮੱਟੂ ਤੇ ਬਨਿੰਦਰ ਬੰਨੀ ਹੋਣੀ ਹੁਣ ਇਹ ਮੀਰ ਆਲਮ ਵੀ ਲਾਹੌਰ ਦੇ ਸੀਗੇ ਜ਼ਕਰੀਆ ਖਾਨ ਵੀ ਲਾਹੌਰ ਹੀ ਸੀਗਾ ਨਾਦਰ ਦਾ ਸੂਬੇਦਾਰ ਸੀਗਾ ਪ੍ਰੈਸ਼ਰ ਉਹਦੇ ਤੇ ਸੀਗਾ ਸਿੱਖਾਂ ਨੂੰ ਫੜਨ ਦਾ ਫਿਰ ਉੱਥੇ ਇਹ ਇੱਕ ਸਕੀਮ ਬਣਾਉਂਦੇ ਨੇ ਕਿ ਸਿੱਖਾਂ ਨੂੰ ਫੜਨਾ ਤਾਂ ਸਾਡੀ ਔਕਾਤ ਤੋਂ ਬਾਹਰ ਆ ਕਿ ਆਪਾਂ ਕੋਈ ਅਹਜੇ ਲੋਕ ਲੱਭੀਏ ਜਿਨ੍ਹਾਂ ਨੂੰ ਆਪਾਂ ਸਿੱਖ ਬਣਾ ਕੇ ਪੇਸ਼ ਕਰ ਦਈਏ ਨਾਦਰ ਸ਼ਾਹ ਦੇ ਸਾਹਮਣੇ ਕਿ ਉਹ ਨਕਲ ਕਰਨ ਸਿੱਖਾਂ ਦੀ ਹੁਣ ਇੱਕ ਚੀਜ਼ ਪਤਾ ਕਿ ਆਪਾਂ ਜਿਹੜੇ ਮੀਰ ਆलम भाईचਾਰੇ ਦੇ ਲੋਕ ਹੁੰਦੇ ਨੇ ਕਲਾ ਦੇ ਮਾਹਰ ਹੁੰਦੇ ਨੇ ਬੜੇ ਹਾਸੀ ਮਜ਼ਾਕ ਵਾਲੇ ਨਕਲ ਕਰਨ 'ਚ ਉਹ ਐਕਸਪਰਟ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਪਿੰਡਾਂ 'ਚ ਕਿਸ ਤਰੀਕੇ ਦੀ ਕਲਾ ਦੇ ਜ਼ੋਹਰ ਦਿਖਾਉਂਦੇ ਨੇ ਕਿਸੇ ਦੀ ਵੀ ਨਕਲ ਕਰ ਸਕਦੇ ਨੇ ਫਿਰ ਇਹ ਮੀਰ ਆਲਮਾ ਨੂੰ ਅਪਰੋਚ ਕਰਦੇ ਨੇ ਸਕਰੀਆ ਖਾਨ ਹੋਣੀ ਫਿਰ ਇਹ ਕਹਿੰਦੇ ਨੇ ਕਿ ਤੁਸੀਂ ਸਿੱਖਾਂ ਦੀ ਨਕਲ ਕਰੋਗੇ ਉਹ ਕਹਿੰਦੇ ਹਾਂਜੀ ਕਰਾਂਗੇ ਹੁਣ ਜਿਹੜੇ ਉਦੋਂ ਪੰਜਾਬ ਦੇ ਲੋਕ ਸੀਗੇ ਉਹ ਸਾਰੇ ਹੀ ਇਹਨਾਂ ਦੇ ਜ਼ੁਲਮਾਂ ਦੇ ਸਤਾਏ ਹੋਏ ਸੀ ਕਿਉਂਕਿ ਜਦੋਂ ਦਿੱਲੀ ਤੋਂ ਨਾਦਰ ਸ਼ਾਹ ਨੇ ਵਾਪਸ ਆਉਣਾ ਸੀ ਦਿੱਲੀ ਲੁੱਟ ਕੇ ਇਰਾਨ ਵੱਲ ਨੂੰ ਜਾਣਾ ਸੀ ਤਾਂ ਪੰਜਾਬ ਵਿੱਚ ਦੀ ਲੰਘਣਾ ਸੀ ਉੱਥੋਂ ਹੀ ਇਹਨੇ ਸੁਨੇਹਾ ਭੇਜਿਆ ਸੀਗਾ ਜ਼ਕਰੀਆ ਖਾਨ ਨੂੰ ਕਿ 1 ਕਰੋੜ ਰੁਪਈਆ ਤਿਆਰ ਰੱਖੀ ਮੇਰੇ ਆਉਂਦੇ ਨੂੰ ਤਾਂ ਉਹ 1 ਕਰੋੜ ਦੀ ਤਾਂ ਇਹਦੀ ਔਕਾਤ ਹੈ ਨਹੀਂ ਸੀਗੀ ਜ਼ਕਰੀਆ ਖਾਨ ਦੀ ਪਰ ਇਕੱਠਾ ਇਹਨੂੰ ਕਰਨਾ ਪੈਣਾ ਸੀ ਕਿਉਂਕਿ ਇਹਨੂੰ ਪਤਾ ਸੀ ਕਿ ਨਾਦਰ ਸ਼ਾਹ ਵਾ ਸਿਰਫ ਗਾਲੀ ਵੱਡੂਗਾ ਮੇਰੇ ਉਨੇ ਹੋਰ ਕੁਝ ਨਹੀਂ ਕਹਿਣਾ ਫੇਰ ਇਹ ਜ਼ਕਰੀਆ ਖਾਨ ਹੋਣਾ ਨੇ ਜਿਹੜੇ ਆਮ ਲੋਕ ਸੀਗੇ ਲਾਹੌਰ ਦੇ ਪੰਜਾਬ ਦੇ ਉਹਨਾਂ ਤੋਂ ਜ਼ਬਰਦਸਤੀ ਉਹਨਾਂ ਤੇ ਜ਼ੁਲਮ ਕਰਕੇ ਉਹਨਾਂ ਤੋਂ ਪੈਸੇ ਇਕੱਠੇ ਕੀਤੇ ਤੇ ਜਦੋਂ 나ਦਰ ਸ਼ਾਹ ਆਇਆ ਉਹਨੂੰ ਭੇਂਟ ਕੀਤੇ ਤਾਂ ਇਹ ਜਿਹੜੇ ਲਾਹੌਰ ਦੇ ਲੋਕ ਸੀ ਪੰਜਾਬ ਦੇ ਲੋਕ ਸੀ ਇਹ ਅੱਕੇ ਹੋਏ ਸੀ ਜ਼ਕਰੀਆ ਖਾਨ ਦੇ ਜ਼ੁਲਮਾਂ ਤੋਂ ਇਹ ਮੀਰ ਆलम ਵੀ ਜ਼ਕਰੀਆ ਖਾਨ ਦੇ ਜ਼ੁਲਮਾਂ ਤੋਂ ਸਤਾਏ ਹੋਏ ਸੀ ਪਰ ਹੁਣੇ ਜਵਾਬ ਦੇ ਨਹੀਂ ਸਕਦੇ ਸੀ ਜ਼ਕਰੀਆ ਖਾਨ ਨੂੰ ਫਿਰ ਇਹ ਮੰਨ ਜਾਂਦੇ ਨੇ ਵੀ ਅਸੀਂ ਹਾਂ ਸਿੱਖਾਂ ਦੀ ਨਕਲ ਕਰਾਂਗੇ ਉੱਥੇ ਫਿਰ ਪੂਰਾ ਇੱਕ ਮਾਹੌਲ ਤਿਆਰ ਕੀਤਾ ਜਾਂਦਾ ਹੈ 나ਦਰ ਸ਼ਾਹ ਨੂੰ ਵੀ ਬਿਠਾਇਆ ਜਾਂਦਾ ਹੈ ਉੱਥੇ ਜ਼ਕਰੀਆ ਖਾਨ ਆਪ ਵੀ ਬੈਠਾ ਹੈ ਉਹਦਾ ਬਾਕੀ ਵੀ ਜਿਹੜੇ ਮੇਨ ਮੇਨ ਜਰਨਲ ਨੇ ਉਹ ਬੈਠੇ ਨੇ ਉੱਥੇ ਫਿਰ ਇਹ ਹੀ ਜਾਂ ਕੀ ਹੁੰਦਾ ਹੈ ਕਿ ਇਹ ਹਾਸੀ ਮਜ਼ਾਕ ਕਰਨ ਵਾਲੇ ਲੋਕ ਜਿਨ੍ਹਾਂ ਦਾ ਲੜਾਈ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਉਹ ਕਿਵੇਂ ਇੱਕਦਮ ਦਲੇਰ ਬਣ ਜਾਂਦੇ ਨੇ ਤੇ ਨਾਦਰ ਸ਼ਾਹ ਦੀਆਂ ਫੌਜਾਂ ਨੂੰ ਕੱਟ ਵੱਢ ਸੁੱਟਦੇ ਨੇ ਇਹ ਪੂਰਾ ਤੁਸੀਂ ਇਹ ਫਿਲਮ 'ਚ ਦੇਖਿਓ ਮੈਨੂੰ ਪਤਾ ਹੈ ਵੈਸੇ ਇਹ ਪੂਰੀ ਸਟੋਰੀ ਪਰ ਮੈਂ ਇਹ ਫਿਲਮ ਦੀ ਸਟੋਰੀ ਖਰਾਬ ਨਹੀਂ ਕਰਾਂਗਾ ਕਿਉਂਕਿ ਬਹੁਤ ਮਿਹਨਤ ਨਾਲ ਇਹ ਫਿਲਮ ਬਣਾਈ ਗਈ ਆ ਬਹੁਤ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਇਹ ਫਿਲਮ ਜਾ ਕੇ ਦੇਖਣੀ ਚਾਹੀਦੀ ਆ ਆਪਾਂ ਕਹਿੰਨੇ ਆ ਨਾ ਟੰਗ ਦੀਆਂ ਫਿਲਮਾਂ ਨਹੀਂ ਆਉਂਦੀਆਂ ਬਹੁਤ ਮਿਹਨਤ ਨਾਲ तकरीबन 4 ਸਾਲ ਲੱਗੇ ਨੇ ਇਹ ਫਿਲਮ ਬਣਾਉਣ ਚ ਔਰ ਇਹ ਫਿਲਮ ਦੇ ਡਾਇਰੈਕਟਰ ਨੇ ਸ਼ਰਨਾਠ ਸ਼ਰਨਾਠ ਇੱਕ ਇਹੋ ਜਿਹਾ ਨੌਜਵਾਨ ਡਾਇਰੈਕਟਰ ਹੈ ਜਿਹੜਾ ਬਹੁਤ ਸਾਫ਼ ਸੁਥਰੀਆਂ ਫਿਲਮਾਂ ਬਣਾਉਂਦਾ ਹੈ ਤੇ ਬਹੁਤ ਰੂਹ ਤੋਂ ਫਿਲਮਾਂ ਬਣਾਉਂਦਾ ਹੈ ਤੇ ਜਾਨ ਫੂਕ ਦਿੰਦਾ ਹੈ ਫਿਲਮਾਂ ਚ ਰੱਬ ਦਾ ਰੇਡੀਓ ਫਿਲਮਾਂ ਪਹਿਲਾਂ ਆਪਾਂ ਦੇਖੀਆਂ ਹੋਣੀਆਂ ਨੇ ਆਪਾਂ ਕਹਿੰਨੇ ਆ ਨਾ ਸਾਊਥ ਦਾ ਸਿਨੇਮਾ ਸਾਊਥ ਦਾ ਸਿਨੇਮਾ ਵੀ ਐਵੇਂ ਹੀ ਗਰੋ ਹੋਇਆ ਸੀਗਾ ਕਿਉਂਕਿ ਸਾਊਥ ਦੇ ਲੋਕ ਆਪਣੇ ਲੋਕਾਂ ਨੂੰ ਸਪੋਰਟ ਕਰਦੇ ਨੇ ਪੰਜਾਬੀ ਵੀ ਇਹ ਚੀਜ਼ 'ਚ ਕਿਸੇ ਨਾਲੋਂ ਘੱਟ ਨਹੀਂ ਹੈਗੇ ਆਪਾਂ ਦਿਖਾ ਦੇਣਾ ਹੈ ਇਸ ਵਾਰ ਕਿ ਚੰਗੀਆਂ ਚੀਜ਼ਾਂ ਨੂੰ ਆਪਾਂ ਸਪੋਰਟ ਕਰੀਏ ਤਾਂ ਕਿ ਅੱਗੇ ਤੋਂ ਇਹਨਾਂ ਦਾ ਹੋਰ ਹੌਸਲਾ ਹੋ ਸਕੇ ਕਿਉਂਕਿ ਪੰਜਾਬ 'ਚ ਜੇ ਐਦਾਂ ਦੀਆਂ ਫਿਲਮਾਂ ਬਣ ਲੱਗੀਆਂ ਪੰਜਾਬ ਨੂੰ ਤਾਂ ਸਟੋਰੀਆਂ ਲਿਖਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਕਹਾਣੀਆਂ ਤਾਂ ਸਾਡੇ ਉਹ ਯੋਧੇ ਜਰਨੈਲ ਬਹਾਦਰ ਲੋਕ ਪੰਜਾਬ ਦੇ ਜਾਏ ਲਿਖ ਗਏ ਨੇ ਆਪਣਾ ਫਰਜ਼ ਬੰਦਾ ਹੈ ਇਹੋ ਜੀਆਂ ਫਿਲਮਾਂ ਨੂੰ ਸਪੋਰਟ ਕਰਨਾ ਆਪਣੇ ਮਾਪੇ ਬਾਪ ਨੂੰ ਬੱਚਿਆਂ ਨੂੰ ਸਭ ਨੂੰ ਲੈ ਕੇ ਜਾਓ ਇਹ ਫਿਲਮ ਦਿਖਾਉਣ ਲਈ ਹੁਣ ਜਿਵੇਂ ਮੈਂ ਸਟਾਰਟਿੰਗ ਚ ਕਿਹਾ ਸੀਗਾ ਇਹ ਟ੍ਰੇਲਰ ਚ ਇੱਕ ਚੀਜ਼ ਮੈਂ ਨੋਟ ਕੀਤੀ ਹੈ ਇਹ ਟ੍ਰੇਲਰ ਜਦੋਂ ਖਤਮ ਹੋਣ ਲੱਗਦਾ ਹੈ ਤਾਂ ਇੱਕ ਸ਼ਾਟ ਆਉਂਦਾ ਹੈ ਉਹ ਸ਼ਾਟ ਕੀ ਦਾ ਹੈ ਮੈਨੂੰ ਲੱਗਦਾ ਹੈ ਕਿ ਉਹ ਸ਼ਾਟ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਫਲੇ ਦਾ ਹੈ ਕਿਉਂਕਿ 18ਵੀਂ ਸਦੀ ਚ ਦੋ ਤਰ੍ਹਾਂ ਦੇ ਸਿੱਖ ਹੁੰਦੇ ਸੀ ਉਦੋਂ 18ਵੀਂ ਸਦੀ ਚ ਮਿਲਵਰਤਨੀਏ ਸਿੱਖ ਤੇ ਨਾ ਮਿਲਵਰਤਨੀਏ ਸਿੱਖ ਮਿਲਵਰਤਨੀ ਸਿੱਖ ਉਹ ਸੀਗੇ ਜਿਹੜੇ ਘਰਾਂ 'ਚ ਰਹਿ ਕੇ ਆਪਣੀ ਕਿਰਤ ਕਮਾਈ ਕਰਦੇ ਸੀ ਆਪਦਾ ਪਰਿਵਾਰ ਪਾਲਦੇ ਸੀ ਤੇ ਨਾ ਮਿਲਵਰਤਨੀ ਸਿੱਖ ਉਹ ਸੀਗੇ ਜਿਨ੍ਹਾਂ ਨੇ ਇਹ ਮੁਗਲਾਂ ਦਾ ਬਾਈਕਾਟ ਕੀਤਾ ਹੋਇਆ ਸੀ ਟੋਟਲ ਤੇ ਇਹਨਾਂ ਦੇ ਖਿਲਾਫ ਲੜਦੇ ਸੀਗੇ ਜਿਹੜੇ ਜੰਗਲਾਂ 'ਚ ਚੱਲ ਗਏ ਸੀਗੇ ਸਰਦਾਰ ਜੱਸਾ ਸਿੰਘ ਆਲੂਆਲੀਆ ਹੋਣੀ ਨਵਾਬ ਕਪੂਰ ਸਿੰਘ ਹੋਣੀ ਸਰਦਾਰ ਚੜਤ ਸਿੰਘ ਹੋਣੀ ਸਰਦਾਰ ਜੱਸਾ ਸਿੰਘ ਰਾਮਗੜੀਆ ਹੋਣੀ ਤੇ ਹੋਰ ਬੜੇ ਸਿੱਖ ਲੰਬੀ ਲਿਸਟਾਂ ਤੁਸੀਂ ਸੋਚ ਕੇ ਦੇਖੋ ਜਿਹੜੇ ਮਿਲਵਰਤਨੀਆ ਸਿੱਖ ਸੀਗੇ ਉਹ ਤਾਂ ਬੋਲਦੇ ਨਹੀਂ ਸੀਗੇ ਮੁਗਲਾਂ ਦੇ ਸਾਹਮਣੇ ਤੇ ਜਿਹੜੇ ਨਾ ਮਿਲਵਰਤਨੀਆ ਸਿੱਖ ਸੀਗੇ ਉਹ ਜੰਗਲਾਂ 'ਚ ਰਹਿ ਕੇ ਇਹਨਾਂ ਦੇ ਖਿਲਾਫ ਲੜ ਰਹੇ ਸੀ ਤਾਂ ਐਡਾ ਵੱਡਾ ਕਾਫਲਾ ਉਹ ਪੰਜਾਬ ਦੀਆਂ ਗਲੀਆਂ 'ਚ ਕਿਵੇਂ ਹੋ ਸਕਦਾ ਇਹ ਸਾਰੀਆਂ ਘਟਨਾਵਾਂ ਤੋਂ 35-40 ਸਾਲ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸੀ ਤਾਂ ਪੰਜਾਬ ਦੇ ਉਸ ਸ਼ੇਰ ਦਾ ਹੀ ਐਡਾ ਵੱਡਾ ਕਾਫਲਾ ਸੀਗਾ ਤਾਂ 18ਵੀਂ ਸਦੀ ਦੇ ਸਿੰਘਾਂ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕੀ ਲਿੰਕ ਆ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਫਿਲਮ 'ਚ ਕਿਉਂ ਦਿਖਾਇਆ ਗਿਆ ਹੈ ਹੁਣੇ ਮੈਨੂੰ ਕਿਉਂ ਲੱਗ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਹੈ ਹੁਣ ਤੁਸੀਂ ਇਹ ਗੌਰ ਨਾਲ ਦੇਖੋ ਘੋੜੇ ਤੇ ਇੱਕ ਸਿੱਖ ਬੈਠਾ ਹੈ ਜਿਹਦੇ ਸਿਰ ਤੇ ਛਤਰ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਛਤਰ ਹੁੰਦਾ ਸੀਗਾ ਤੇ ਉਹ ਕਾਫਲੇ ਦੇ ਅੱਗੇ ਨੀਲਾ ਨਿਸ਼ਾਨ ਸਾਹਿਬ ਚੱਕੀ ਜਾ ਰਹੇ ਨੇ ਸਿੱਖ ਨੀਲਾ ਨਿਸ਼ਾਨ ਸਾਹਿਬ ਸਾਹਿਬੇ ਕਮਾਲ ਗੁਰਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਉਸ ਤੋਂ ਥੋੜਾ ਪਿੱਛੇ ਦੇਖੋ ਤੁਸੀਂ ਇੱਕ ਬਸੰਤੀ ਕਲਰ ਦਾ ਨਿਸ਼ਾਨ ਹੈ ਹੁਣ ਬਸੰਤੀ ਕਲਰ ਦਾ ਜਿਹੜਾ ਫਲੈਗ ਸੀ ਜਿਹੜਾ ਝੰਡਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਝੰਡਾ ਬਸੰਤੀ ਕਲਰ ਦਾ ਸੀਗਾ ਉਸ ਤੋਂ ਪਿੱਛੇ ਇੱਕ ਕਮਕਾਰ ਲਿਖਿਆ ਹੋਇਆ ਦਿਖ ਰਿਹਾ ਹੈ ਤੇ ਇੱਕ ਪੂਰਾ ਜਾਹੋ ਜਲਾਲ ਐ ਇੰਦਾ ਦਾ ਜਾਹੋ ਜਲਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹੀ ਸੀ ਤਾਂ ਮੈਨੂੰ ਲੱਗ ਰਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਹੀ ਇਹ ਸ਼ਾਰਟ ਹੈ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਇਸ ਸਟੋਰੀ ਨਾਲ ਕੀ ਲਿੰਕ ਹੈ ਇਹ ਜਾ ਕੇ ਤੁਹਾਨੂੰ ਫਿਲਮ 'ਚ ਹੀ ਦੇਖਣਾ ਪਏਗਾ ਕੀ ਆਪਾਂ ਸਾਡੇ ਮਹਾਰਾਜੇ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਵੱਡੀ ਸਕਰੀਨ ਤੇ ਦੇਖਾਂਗੇ ਇਹ ਫਿਲਮ 'ਚ ਹੀ ਆਪਾਂ ਨੂੰ ਪਤਾ ਚੱਲੇਗਾ ਤਾਂ ਇਹ ਸੀ ਮੇਰੇ ਵੱਲੋਂ ਇੱਕ ਕੋਸ਼ਿਸ਼ ਮਸਤਾਨੇ ਫਿਲਮ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਇਸ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਤੇ ਆਪਣੇ ਦਿਲ 'ਚ ਵਸਾਉਣਗੇ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਹ